ਆਪਾਂ ਮਿਲੇ ਆ ਪਹਿਲਾਂ ਸੱਚ ਕਿਆ ਕਿੱਥੇ ਮਿਲੇ ਆਪਾਂ ਅੱਛਾ ਤੁਹਾਨੂੰ ਤੁਸੀਂ ਨੌਕਰੀ ਪਾ ਰਹੇ ਹੋ ਕੀ ਕਿੰਨੇ ਪੜ੍ਹੇ ਹੋ ਤੁਸੀਂ ਆਹ ਜਿਹੜੀ ਕਾਲ ਅਸੀਂ ਤੁਹਾਨੂੰ ਕੀਤੀ ਹੈ ਨਾ ਤੁਹਾਨੂੰ ਆ ਗਈ ਹੋਣੀ ਹੈ ਕਾਲ ਇੱਕ ਇਸ ਤੋਂ ਪਹਿਲਾਂ ਹਾਂ ਬਸ ਉਹ ਤੁਹਾਨੂੰ ਥੋੜ੍ਹੀ ਦੇਰ ਬਾਅਦ ਉਸੀ ਉਹੀ ਨੰਬਰ 'ਤੇ ਤੁਹਾਨੂੰ ਫਿਰ ਦੱਸਾਂਗੇ ਕਿ ਤੁਸੀਂ ਕਿੱਥੇ ਜਾਓ ਤੁਹਾਨੂੰ ਨੌਕਰੀ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਨਹੀਂ ਬੇਟਾ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਔਰ ਕੋਸ਼ਿਸ਼ ਸਾਡੀ ਹੈ ਕਿ ਜਿਹੜੇ ਆਪਣੇ ਤੁਹਾਡੇ ਵਰਗੇ ਬੱਚੇ ਬੈਠੇ ਨੇ ਅਸੀਂ ਉਹਨਾਂ ਨੂੰ ਨੌਕਰੀ ਕੋਈ ਦਵਾ ਸਕੀਏ ਔਰ ਤੁਹਾਨੂੰ ਆਹੀ ਨੰਬਰ ਜਿਹੜਾ ਪਹਿਲਾਂ ਆਇਆ ਸੀ ਉਸੇ ਨੰਬਰ 'ਤੇ ਤੁਹਾਨੂੰ ਟੈਲੀਫੋਨ ਆਊਗਾ ਜਦ ਅਸੀਂ ਪਾ ਲਾਂਗੇ ਤੁਹਾਡੇ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਘਰ ਵਿੱਚ ਹਰ ਨੌਜਵਾਨ ਕੋਲ ਨੌਕਰੀ ਹੋਵੇ ਦਾ ਨਾਰਾ ਸੱਚ 'ਚ ਤਬਦੀਲ ਕੀਤਾ ਜਾ ਰਿਹਾ ਵੈਸੇ ਤਾਂ ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਬਹੁਤ ਸਾਰੇ ਉਪਰਾਲੇ ਕੀਤੇ ਹੀ ਜਾ ਰਹੇ ਨੇ ਪਰ ਹੁਣ ਉਹਨਾਂ ਦੇ ਆਪਣੇ ਆਫੀਸ਼ੀਅਲ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝੀ ਹੋਈ ਆ ਜਿਸ ਵਿੱਚ ਉਹ ਇੱਕ ਨੌਜਵਾਨ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਅਤੇ ਉਸ ਨੂੰ ਨੌਕਰੀ ਦੇਣ ਦੀ ਗੱਲ ਵੀ ਕਰ ਰਹੇ ਨੇ ਜਿਸ ਨੂੰ ਸੁਣ ਕੇ ਨੌਜਵਾਨ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਹੈਲੋ ਵਿਕਰਮਜੀਤ ਕਿੱਥੇ ਰਹਿੰਦੇ ਹੋ ਤੁਸੀਂ ਪੰਜਾਬ ਤਾਂ ਹੈ ਪਰ ਕਿਹੜੀ ਜਗ੍ਹਾ ਕਿਹੜਾ ਪਿੰਡ ਹੈ ਤੁਹਾਡਾ ਜਾਂ ਸ਼ਹਿਰ ਆ ਹੈਂਜੀ ਤਰਨ ਤਾਰਨ ਅੱਛਾ ਤੁਹਾਨੂੰ ਤੁਸੀਂ ਨੌਕਰੀ ਪਾ ਰਹੇ ਹੋ ਕੀ ਕਿੰਨੇ ਪੜ੍ਹੇ ਹੋ ਤੁਸੀਂ ਬਾਰਾਂ ਆਹ ਜਿਹੜੀ ਕਾਲ ਅਸੀਂ ਤੁਹਾਨੂੰ ਕੀਤੀ ਹੈ ਨਾ ਤੁਹਾਨੂੰ ਆ ਗਈ ਹੋਣੀ ਹੈ ਕਾਲ ਇੱਕ ਇਸ ਤੋਂ ਪਹਿਲਾਂ ਹਾਂ ਬਸ ਉਹ ਤੁਹਾਨੂੰ ਥੋੜ੍ਹੀ ਦੇਰ ਬਾਅਦ ਉਸੀ ਉਹੀ ਨੰਬਰ 'ਤੇ ਤੁਹਾਨੂੰ ਫਿਰ ਦੱਸਾਂਗੇ ਕਿ ਤੁਸੀਂ ਕਿੱਥੇ ਜਾਓ ਤੁਹਾਨੂੰ ਨੌਕਰੀ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਔਰ ਤੁਹਾਨੂੰ ਅਸੀਂ ਕੋਸ਼ਿਸ਼ ਕਰਕੇ ਤੁਹਾਨੂੰ ਨੌਕਰੀ ਦਿਵਾਉਣ ਦੀ ਇਹੀ ਸਾਡਾ ਪ੍ਰੋਗਰਾਮ ਹੈ ਸਰਕਾਰ ਦਾ ਔਰ ਇਹੀ ਅਸੀਂ ਦੇਖ ਰਹੇ ਹਾਂ ਵਧੀਆ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰਾ ਇਹ ਸੁਪਨਾ ਹੈ ਕਿ ਪੰਜਾਬ ਦੇ ਹਰ ਨੌਜਵਾਨ ਕੋਲ ਨੌਕਰੀ ਹੋਵੇ ਇਸ ਲਈ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਹਰ ਤਰ੍ਹਾਂ ਦੇ ਸਾਰਥਕ ਕਦਮ ਚੁੱਕੇ ਜਾ ਰਹੇ ਨੇ ਅਸੀਂ ਪੰਜਾਬ ਵਿੱਚ ਨੌਕਰੀ ਲੱਭਣ ਵਾਲਿਆਂ ਲਈ ਆਪਣੀ ਕਿਸਮ ਦਾ ਪਹਿਲਾ ਜੌਬ ਹੈਲਪਲਾਈਨ ਨੰਬਰ 76260 76260 ਲਾਂਚ ਕੀਤਾ ਜਦੋਂ ਮੈਂ ਤਰਨ ਤਾਰਨ ਦੇ ਇਸ ਨੌਜਵਾਨ ਨੂੰ ਫੋਨ ਕੀਤਾ ਤਾਂ ਉਹ ਸਾਡੀ ਇਸ ਪਹਿਲਕਦਮੀ ਤੋਂ ਬਹੁਤ ਖੁਸ਼ ਹੋਇਆ ਅਤੇ ਉਸਨੇ ਸ਼ਲਾਘਾ ਵੀ ਕੀਤੀ ਵਿਲੱਖਣ ਪਹਿਲਕਦਮੀਆਂ ਦੇ ਮੌਕੇ ਦਾ ਲਾਭ ਲੈਣ ਲਈ ਇੰਤਜ਼ਾਰ ਨਾ ਕਰੋ ਬਸ ਜਲਦੀ ਕਾਲ ਕਰੋ ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਵੀ ਮੌਜੂਦ ਸਨ ਨੌਜਵਾਨ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਹੋਣ 'ਤੇ ਯਕੀਨ ਨਾ ਆਉਣ ਤੋਂ ਬਾਅਦ ਚੰਨੀ ਨੇ ਮੁੜ ਤੋਂ ਕੈਪਟਨ ਅਮਰਿੰਦਰ ਨਾਲ ਨੌਜਵਾਨ ਦੀ ਗੱਲ ਕਰਵਾਈ ਓਕੇ ਥੈਂਕ ਯੂ ਤੇਰੇ ਨਾਲ ਹੁਣੇ ਤੁਹਾਡੇ ਨਾਲ ਸੀ ਐਮ ਸਾਹਿਬ ਗੱਲ ਕਰ ਰਹੇ ਸੀ ਮੁੱਖ ਮੰਤਰੀ ਜੀ ਕੈਪਟਨ ਅਮਰਿੰਦਰ ਸਿੰਘ ਜੀ ਸਰ ਯਕੀਨ ਨਹੀਂ ਆ ਰਿਹਾ ਇੱਕ ਵਾਰ ਫਿਰ ਕਰਾਵਾਂ ਆਪਾਂ ਮਿਲੇ ਆ ਪਹਿਲਾਂ ਸੱਚ ਕਿਆ ਕਿੱਥੇ ਮਿਲੇ ਆਪਾਂ ਅੱਛਾ ਨਹੀਂ ਬੇਟਾ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ
ਔਰ ਕੋਸ਼ਿਸ਼ ਸਾਡੀ ਹੈ ਕਿ ਜਿਹੜੇ ਆਪਣੇ ਤੁਹਾਡੇ ਵਰਗੇ ਬੱਚੇ ਬੈਠੇ ਨੇ ਅਸੀਂ ਉਹਨਾਂ ਨੂੰ ਨੌਕਰੀ ਕੋਈ ਦਵਾ ਸਕੀਏ। ਔਰ ਤੁਹਾਨੂੰ ਆਹੀ ਨੰਬਰ ਜਿਹੜਾ ਪਹਿਲਾਂ ਆਇਆ ਸੀ ਉਸੇ ਨੰਬਰ 'ਤੇ ਤੁਹਾਨੂੰ ਟੈਲੀਫੋਨ ਆਊਗਾ ਜਦ ਅਸੀਂ ਭਾਲ ਲਾਂਗੇ ਤੁਹਾਡੇ ਵਾਸਤੇ। ਅੱਛਾ ਬੇਟਾ, ਦੱਸ ਦਈਏ ਕਿ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਕਈ ਨੌਜਵਾਨ ਨੌਕਰੀਆਂ ਹਾਸਲ ਕਰ ਵੀ ਚੁੱਕੇ ਨੇ, ਪਰ ਹੁਣ ਇਹ ਹੈਲਪਲਾਈਨ ਨੰਬਰ ਬੇਰੁਜ਼ਗਾਰ ਨੌਜਵਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।